ਮੀਂਹ ਪੈਣ ਲੱਗ ਗਿਆ ਹੌਲੀ ਹੌਲੀ। ਆ ਦੇਖੋ ਇੱਧਰ ਹਟ ਜਾਂਦਾ ਪੈ ਜਾਂਦਾ, ਪਰ ਬੱਦਲ ਸਵੇਰ ਦਾ ਘੁੰਮਦਾ ਰਿਹਾ, ਪੂਰਾ ਘੁੰਮ ਰਿਹਾ ਬੱਦਲ। ਅੱਜ ਦੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵਾਰ ਪਹਿਲੀ ਵਾਰ ਆਪਣੀ ਲਾਈਫ ਦੇ ਵਿੱਚ ਮੈਂ ਇਹ ਚੀਜ਼ਾਂ ਦੇਖੀਆਂ, ਇੰਨਾ ਮੀਂਹ ਅਤੇ ਇੰਨਾ ਜਿਹੜਾ ਹੁੰਮਸ ਭਰਿਆ ਮੌਸਮ, ਵੀ ਮੌਸਮ ਗੁੰਮ ਸੁੰਮ ਜਿਹਾ ਮੌਸਮ, ਹੁੰਮਸ ਜਿਹੀ ਮੌਸਮ ਦੇ ਵਿੱਚ ਵੀ ਐਂ ਲੱਗੀ ਜਾਂਦਾ ਵੀ ਗਰਮੀ ਜੀ ਬਹੁਤ ਆਈ ਜਾਂਦੀ ਸਰੀਰ ਨੂੰ, ਖਿੱਚਿਆ ਖਿੱਚਿਆ ਲੱਗੀ ਜਾਂਦਾ, ਇੱਕ ਦੋ ਨੂੰ ਪੁੱਛੀ ਜਾਂਦਾ ਵੀ ਗਰਮੀ ਕਿਆ ਪੁੱਛਿਆ, ਪਰ ਮੌਸਮ ਖੁੱਲ੍ਹ ਨਹੀਂ ਰਿਹਾ ਹਾਲੇ ਵੀ। ਕਹਿੰਦੇ ਵੀ ਇੱਕ ਘੱਟ ਦੱਸੀ ਹੋਈ ਆ ਜਿਹੜਾ ਮੌਸਮ ਵਿਭਾਗ ਵਾਲੇ ਇਹ ਕਹਿ ਰਹੇ ਆ। ਆ ਲਓ ਪੂਰਾ ਰਮਨ ਸਿੰਘ ਮਹਿਕ ਦਾ ਫੋਨ ਆਇਆ ਤਾ, ਉਹ ਜਦੋਂ ਉੱਧਰ ਚੱਲਿਆ ਉਹ ਕਹਿੰਦਾ ਭੈਣੀ ਪਿੰਡ 'ਚ ਮੀਂਹ, ਆਪਣੇ ਪਿੰਡ ਜਮਾਂ ਵੀ ਨਹੀਂ ਹੈਗਾ, ਇੱਧਰ ਵੀ ਆ ਗਿਆ ਉਸ ਟਾਈਮ ਤੱਕ। ਹੜ ਚੱਲਿਆ ਹੜ ਚੱਲਿਆ, ਹਲੇ ਸਾਉਣ ਦਾ ਮਹੀਨਾ ਸ਼ੁਰੂ ਹੋਇਆ ਨਹੀਂ, ਸਾਉਣ ਦਾ ਮਹੀਨਾ ਤਾਂ ਨਹੀਂ ਚੱਲਦਾ ਨਾ ਇਹ। ਮੈਡਮ ਜੀ ਸਾਉਣ ਖਤਮ ਹੋਣੇ ਵਾਲਾ, ਮੈਂ ਤਾਂ ਹੜ੍ਹ ਸਮਝੀ ਜਾਂਦਾ ਭਾਈ, ਸਾਉਣ ਦਾ ਮਹੀਨਾ ਤਾਂ ਹੀ ਸਾਉਣ ਦੇ ਸਰਾਟੇ ਆ, ਸਾਉਣ ਦੀ ਝੜੀ ਨਹੀਂ ਲੱਗੀ, ਸਾਉਣ ਦੀ ਝੜੀ ਉਹ ਉੱਥੇ ਫਲਾਣਾ ਧਮਾਉਣਾ ਇੱਥੇ। ਮੈਂ ਤਾਂ ਭੁੱਲੀ ਫਿਰ ਇੱਕ ਮਹੀਨਾ, ਮੈਂ ਤਾਂ ਪਿੱਛੇ ਕਰੀ ਫਿਰਦਾ, ਮੈਂ ਤਾਂ ਹੜ੍ਹ ਦਾ ਮਹੀਨਾ ਸਮਝੀ ਜਾਂਦਾ, ਸਾਉਣ ਦੇ ਮਹੀਨੇ ਭਾਈ ਹੁੰਦਾ ਇਹ, ਇੱਥੇ ਵੀ ਉੱਥੇ ਨਿਮੀ, ਇੱਥੇ ਨਿਮੀ ਉੱਥੇ ਨਿਮੀ, ਸਰਾਟੇ ਜਿਹੇ ਪੈਂਦੇ ਹੁੰਦੇ ਜਿੱਦਾਂ ਸਰਾਟੇ ਜਿਹੇ। ਸੋਹਣਾ ਝੱਟ ਜੀ ਲਾ ਗਿਆ ਥੋੜ੍ਹੀ ਜੀ ਗਰਦ ਗੁਰਦ ਜੀ ਦਵਾ, ਪਰ ਗਰਦ ਤਾਂ ਹੁਣ ਪੈਂਦੀ ਰਹਿੰਦਾ ਥੋੜ੍ਹਾ ਥੋੜ੍ਹਾ ਜਿਹਾ, ਇੱਧਰ ਪਿੱਛੇ ਵੀ ਦਿਖਾ ਦਿੰਦੇ ਹਾਂ। ਤੂੰ ਕਰਦਾ ਫਿਰਦਾ ਹੋਏ ਆਪਣੇ ਘਰ ਨੂੰ ਜਾ, ਲੈ ਵੀ ਇੱਧਰ ਪਿੱਛੇ ਵੀ ਹੋ ਗਿਆ ਗਰਮ ਕਣਮਣਕਾਣੀ ਜੀ ਹੋ ਲਈ। ਮੈਂ ਨਾ ਹੁਣ ਪਿੱਛੇ ਤਿੰਨ ਵੀਡੀਓ ਪਾਈਆਂ ਆਪਣੇ ਮੇਨ ਚੈਨਲ ਪਰ, ਜਾਨ ਮਾਲ ਵਾਲੇ ਚੈਨਲ ਪਰ ਤਿੰਨ ਵੀਡੀਓ ਪਾਈਆਂ ਮੈਂ। ਪਹਿਲੀ ਵੀਡੀਓ ਪਾਈ ਮੈਂ ਵੀ 1 ਕਰੋੜ ਰੁਪਏ ਦਾ ਮਕਾਨ ਦੇਖ ਕੇ ਆਇਆ, ਫਲੈਟ ਜਿਹੜੇ ਅਪਾਰਟਮੈਂਟ ਅਪਾਰਟਮੈਂਟ ਦੇਖ ਕੇ ਆਇਆ ਮੈਂ, ਅਪਾਰਟਮੈਂਟ ਗਈ ਅਪਾਰਟਮੈਂਟ ਦੇਖ ਕੇ ਆਇਆ ਮੈਂ ਉੱਥੇ। ਅਤੇ ਦੂਜੇ ਦਿਨ ਨਿੰਮੇ ਨਾਲ ਬੈਠਿਆ ਸੀ, ਅਤੇ ਤੀਜੇ ਦਿਨ ਦੀ ਫਿਰ ਜਿਹੜੀ ਅੱਜ ਦੀ ਵੀਡੀਓ ਪਈ ਹੋਈ ਆ ਉਹ ਵੀ ਮੈਂ ਫਲੈਟ ਦੇਖ ਕੇ ਆਇਆ ਉੱਥੇ। ਜਿਹੜਾ ਵਿੱਚ ਵਾਲਾ ਦਿਨ ਜਿਹੜੀ ਨਿੰਮੇ ਨਾਲ ਵੀਡੀਓ ਤੀ, ਪਹਿਲਾਂ ਸੁਬਹ ਨਿੰਮੇ ਨਾਲ ਵੀਡੀਓ ਬਣਾਈ ਅਤੇ ਦੁਪਹਿਰ ਨੂੰ ਮੈਂ ਸਬਜ਼ੀ ਲੈਣ ਗਿਆ, ਅਤੇ ਇੱਕ ਬੰਦੇ ਨੇ ਫਿਰ ਉਹਦੇ ਥੱਲੇ ਕਮੈਂਟ ਕਰਿਆ, ਮੈਂ ਚਲੋ ਗੱਲ ਤੁਹਾਡਾ ਸਾਂਝੀ ਕਰਦਾ। ਬੰਦੇ ਨੇ ਕਮੈਂਟ ਕਰਿਆ ਕਹਿੰਦਾ 1 ਕਰੋੜ ਰੁਪਏ ਦੇ ਮਕਾਨ ਦੇ ਤਾਂ 200 ਰੁਪਏ ਕਿਲੋ ਟਮਾਟਰ ਲੈ ਨਹੀਂ ਹੁੰਦੇ ਹੈਗੇ, ਕਹਿੰਦਾ 1 ਕਰੋੜ ਰੁਪਏ ਦੇ ਮਕਾਨ ਦੇ, ਫਿਰ ਕੈਮਰਾ ਥੋੜ੍ਹਾ ਹੋਇਆ ਸੋਰੀ, ਕਹਿੰਦਾ 1 ਕਰੋੜ ਰੁਪਏ ਦੇ ਮਕਾਨ ਦੇਖਦਾ ਫਿਰਦਾ 200 ਰੁਪਏ ਕਿਲੋ ਟਮਾਟਰ ਲੈ ਨਹੀਂ ਹੁੰਦੇ। ਮੈਂ ਭਰਾਵਾ ਪਹਿਲਾਂ ਵੀਡੀਓ ਦੇਖ ਲਿਆ ਕਰੋ, ਕੋਈ ਨਾ ਚੱਕ ਕੇ ਵੀਡੀਓ ਜਿਹੜੀ ਮੂਹਰੇ ਪਿਕਚਰ ਲੱਗੀ ਹੁੰਦੀ ਜੋ ਉਹਦੇ ਪਰ ਲਿਖਿਆ ਹੁੰਦਾ ਥੰਬਨੇਲ ਜਿਹੜਾ ਲਿਖਿਆ ਹੁੰਦਾ ਉਹਨੂੰ ਦੇਖ ਕੇ ਕਮੈਂਟ ਕਰਦਾ, ਪੂਰੀ ਵੀਡੀਓ ਦੇਖਦੇ ਹੈ ਨਹੀਂ, ਪੂਰੀ ਵੀਡੀਓ ਦੇਖ ਲਿਆ ਕਰੋ ਫਿਰ ਕਮੈਂਟ ਕਰਿਆ ਕਰੋ ਵੀਡੀਓ 'ਚ ਕਿਆ ਗੱਲ ਹੈ ਕਿਆ ਨਹੀਂ। ਜਿੱਦਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ 10 ਲੱਖ ਰੁਪਇਆ ਕਿਹਾ ਹੋਇਆ, ਹੁਣ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਵੀ ਤੁਸੀਂ 10 ਲੱਖ ਰੁਪਇਆ ਕਿੱਦਾਂ ਕਮਾ ਸਕਦੇ ਆ, ਅਤੇ ਤੁਸੀਂ ਪੂਰੀ ਵੀਡੀਓ ਦੇਖੋ ਤਾਂ ਤੁਹਾਨੂੰ ਪਤਾ ਲੱਗਣਾ ਪੂਰੀ ਵੀਡੀਓ ਦੇ ਵਿੱਚ ਕਿਆ ਕੁਛ ਹੈ, ਵੀ ਕਿੱਦਾਂ ਤੁਸੀਂ ਜਿਹੜਾ ਤੁਹਾਡੇ ਕੋਲ ਪੈਸਾ ਤੁਸੀਂ ਇਨਵੈਸਟਮੈਂਟ ਕਿੱਦਾਂ ਕਰ ਸਕਦੇ, ਕਿੱਦਾਂ ਤੁਸੀਂ ਅੱਗੇ ਵੱਧ ਸਕਦੇ ਆ। ਬਾਕੀ ਗੱਲਾਂ ਬਹੁਤ ਆ ਜਾਂਦੀਆਂ, ਮੈਂ ਵੀ ਕਿਸੇ ਮੈਂ ਵੀ ਚਾਹੁੰਦਾ ਕੋਈ ਨਾ ਕੋਈ ਡਿਬੇਟ ਹੋਵੇ ਗੱਲਾਂ ਪਰ, ਵੀ ਲੋਕ ਪੈਸੇ ਨਾਲ ਪੈਸਾ ਕਿੱਦਾਂ ਬਣਾਉਂਦੇ ਆ। ਹੁਣ ਜਿਹੜੇ ਮੈਂ ਹਾਂਜੀ ਚਾਹ ਬਣਾਇਆ ਥੋੜ੍ਹੀ ਜਿਹੀ, ਜਿਹੜੇ ਹੁਣ ਮੈਂ 2 ਦਿਨ ਇੱਥੇ ਮੋਹਾਲੀ ਖਰੜ ਅਤੇ ਇਹ ਏਰੀਆ 'ਚ ਘੁੰਮਦਾ ਰਿਹਾ ਮੈਂ, ਉੱਥੇ ਮੈਂ ਇੱਕ ਚੀਜ਼ ਦੇਖੀ, ਉਹ ਜਿੰਨੀਆਂ ਵੀ ਚੀਜ਼ ਖੜ੍ਹੀ ਕਰਦੇ ਆ, ਕੋਈ ਬਿਲਡਿੰਗ ਹੋਵੇ ਕੋਈ ਪਲਾਟ ਲੈ ਕੇ ਜਾਓ ਉਹਦੇ ਕੋਈ ਉਸਾਰੀ ਕਰਦੇ, ਜਿਹੜੇ ਬੰਦੇ ਬਿਲਡਰ ਆ ਅੱਗੇ ਕਰਦੇ, ਉਹ ਸਾਰਾ ਹੀ ਗੌਰਮੈਂਟ ਤੋਂ ਲੋਨ ਲਿੱਤਾ ਹੁੰਦਾ, ਆਪਣੇ ਕੋਲ ਪੈਸਾ ਨਹੀਂ ਉਹਨਾਂ ਕੋਲ, ਇਹ ਦੇਖਿਆ ਜਾਵੇ ਕਿਸੇ ਕੋਲ ਕੋਈ ਪੈਸਾ ਨਹੀਂ ਹੈਗਾ, ਦਿਮਾਗ ਵਰਤਿਆ ਅਤੇ ਸਾਡੇ ਧੁੱਫੜ ਗੌਰਮੈਂਟ ਤੋਂ ਲੋਨ ਲੈ ਕੇ ਆਪਣੇ ਕੋਠੀਆਂ ਬਣਾ ਲੈਂਦੇ ਆ, ਜਾਂ ਵਿਆਹ ਜਹਾਦੀਆਂ ਕਰ ਦਿੰਦੇ ਫਿਰ ਬਾਅਦ 'ਚ ਉਹ ਲਾ ਲੈਂਦੇ ਆ। ਜਿਹੜੀ ਚੀਜ਼ ਵਾਸਤੇ ਲੋਨ ਲਿੱਤਾ ਉਹ ਚੀਜ਼ ਪਰ ਲੱਗਣਾ ਚਾਹੀਦਾ, ਸਮਝ ਗਏ, ਉਹ ਚੀਜ਼ ਪਰ ਲੱਗਿਆ ਹੋਇਆ ਪੈਸਾ ਤਾਂ ਲੈਂਦਾ। ਜੇ ਹੁਣ ਮੈਂ ਇਹ ਹੁਣ ਮੈਨੂੰ ਕਿਸੇ ਪਿੰਡ 'ਚ ਪਾ ਲਾ, ਉੱਥੇ ਪਾ ਲਾ, ਇੱਥੇ ਐਸ਼ ਨੂੰ ਇੱਥੇ ਐਸ਼ ਨਹੀਂ ਘਾਣਾ ਫਲਾਣਾ ਤਾਂ ਪਕਾਣਾ, ਵੀ ਆਉਣ ਵਾਲਾ ਟਾਈਮ ਇਹ ਨਹੀਂ ਪਤਾ ਕਿਆ ਕੁਛ ਆ, ਵੀ ਜਿਹੜਾ ਇੱਧਰ ਇਹ 'ਚ ਨਹੀਂ ਫਿਰ ਤੇਜ਼ ਹੋਣ ਲੱਗ ਗਿਆ। ਹਾਂ ਉਹ ਪਿਛਲੀ ਗੱਲ ਪਰ ਚੱਲਦਾ, 200 ਰੁਪਏ ਕਿਲੋ ਟਮਾਟਰ ਆਉਣੇ ਪਰ ਮੈਂ ਥੋੜ੍ਹਾ ਇੱਧਰ ਹੁੰਦਾ ਉਹਦਾ ਫੜਕਾ ਹੋ ਜਾਣਾ, ਵੀ ਜਿਹੜੇ ਮੈਂ 200 ਰੁਪਏ ਕਿਲੋ ਟਮਾਟਰ ਪਾਏ ਉਹਦੇ ਵਿੱਚ ਵੀਡੀਓ 'ਚ ਮੈਂ ਇਹ ਸਮਝਾਇਆ ਤਾ
ਵੀ ਇੱਕ ਟਮਾਟੋ ਪੂਰੀ ਮਿਲ ਜਾਂਦੀ ਹੈ, ਟਮਾਟੋ ਬੋਕਸ ਮਿਲ ਜਾਂਦਾ, ਵੀ ਆਪਾਂ ਨੂੰ ਸਬਜ਼ੀ ਦੇ ਵਿੱਚ ਟਮਾਟਰ ਪਾਉਣ ਦੀ ਲੋੜ ਨਹੀਂ ਹੈ। ਠੀਕ ਹੈ, ਆਪਾਂ ਲੈ ਸਕਦੇ ਹਾਂ, ਸਾਡਾ ਕੰਮ ਚੱਲਦਾ, ਆਪਾਂ 200 ਰੁਪਏ ਕੋਲ 300 ਰੁਪਏ ਸਬਜ਼ੀ ਦੇ ਸਕਦੇ। ਲੈ ਕੇ ਵੀ ਆਇਆ, ਵੀਡੀਓ ਤੋਂ ਦੇਖ ਲਓ, ਉਹਦੇ ਵਿੱਚ ਮੈਂ ਸਬਜ਼ੀਆਂ ਲੈ ਕੇ ਆਇਆ, ਉਹਦੇ ਵਿੱਚ ਇੰਨੀਆਂ ਸਬਜ਼ੀਆਂ ਲੈ ਕੇ ਜਿਹੜੀ ਅਸੀਂ ਘਰਾਂ 'ਚ ਚੀਜ਼ਾਂ ਬਣਾਉਣੀਆਂ। ਠੀਕ ਹੈ ਜੀ, ਮੈਂ ਖੇਤਾਂ 'ਚ ਨਹੀਂ ਗੇੜਾ ਮਾਰ ਕੇ ਆਉਣਾ ਤਾਂ, ਅਤੇ ਨਹੀਂ ਫਿਰ ਤੇਜ਼ ਹੋਣ ਲੱਗ ਗਿਆ ਹੁਣ ਦੁਬਾਰੇ। ਮੈਂ ਦਿਖਾਉਂਦਾ ਤੁਹਾਨੂੰ, ਮੈਂ ਉਹ ਡੱਬਾ ਤਾਂ ਮੇਰੇ ਖਿਆਲ ਸਿੱਟਦਾ ਹੁਣ ਆਪਾਂ ਨੇ ਨਾ ਜੀ, ਟਮਾਟੋ ਪੂਰੀ ਕਿੱਧਰ, ਚੱਲ ਕੋਈ ਨਾ ਰਹਿਣ ਦੇ, ਖੜੇ ਮੈਂ ਵੀਡੀਓ 'ਚ ਕੱਢਦਾ, ਉਹਦੇ ਵਿੱਚ ਸ਼ਾਇਦ ਲੈਪਟਾਪ ਉੱਪਰ ਸਮਝਾਉਂਦਾ ਮੈਂ, ਉਹਦੇ ਵਿੱਚ ਨਾ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ। ਸਟੋਪ ਹੋ ਜਾ, ਅਤੇ ਮੈਂ ਤੁਹਾਨੂੰ ਵੀਡੀਓ 'ਚ ਦਿਖਾਉਂਦਾ ਜੇ ਪਲੇ ਮੈਨੂੰ ਲੱਭਿਆ ਜੀ ਉਹ ਪਿਆਰ ਲਿਖਿਆ ਤਾਂ ਮੈਂ ਅਮਰੀਕਾ ਨਿੰਮਾ ਬੋਲਦਾ ਉਹਨਾਂ ਨੇ, ਇਹ ਆਹ ਵੀਡੀਓ ਸੀ। ਅਤੇ ਖੜੇ ਜੀ ਆਵਾਜ਼ ਕਿੱਥੇ ਗਈ, ਇਹਦੇ ਮੇਤੇ ਬੰਦ ਹੋਈ ਹੋਈ ਆ, ਆਵਾਜ਼ ਕਦੇ ਬੰਦ ਹੋਈ ਹੋਈ। ਆਹ ਦੇਖੋ ਇਹਦੇ ਵਿੱਚ ਜਿਹੜੀ ਮੈਂ ਆਹ ਵੀਡੀਓ ਬਣਾਈ ਤੀ ਉਹਦੇ ਵਿੱਚ ਦੱਸਿਆ ਤਾ ਵੀ ਆਹ ਦੇਖੋ ਇਹਦੇ ਵਿੱਚ ਇਹਦੇ ਬਾਅਦ ਆਹ ਦੇਖੋ ਜਿਹੜੀ ਵੀਡੀਓ ਮੈਂ ਸਮਝਾਇਆ ਤਾ, ਆਹ ਟਮਾਟੋ ਪੂਰੀ ਦਾ ਡੱਬਾ ਥੋੜ੍ਹਾ ਮੈਂ ਜਿੱਦਾਂ, ਆਹ ਟਮਾਟੋ ਪੂਰੀ ਆ। ਠੀਕ ਆ, 2-3 ਚਮਚੇ ਪਾ ਲੈਣੇ। ਜਿਹੜੇ ਬੰਦੇ ਨੇ ਕਮੈਂਟ ਕਰਿਆ ਤਾਂ ਉਹ ਸੰਤੋਂ ਹਨੇਰਾ ਹੋ ਗਿਆ ਇੱਥੇ, ਜਿਹੜੇ ਬੰਦੇ ਨੇ ਕਮੈਂਟ ਕਰਦਾ ਉਹਨੂੰ ਮੈਂ ਚੀਜ਼ ਦੱਸਣਾ ਚਾਹੁੰਦਾ ਵੀ ਮੈਂ ਤਾਂ ਕਹਿੰਦਾ ਵੀ ਲੋਕਾਂ ਦਾ ਭਲਾ ਵੀ ਜੇ ਪੈਸੇ ਦੇ ਨਾ ਹੋਣ, ਕਈ ਬੰਦਿਆਂ ਨੂੰ ਕਹਿੰਦੇ ਵੀ ਸਾਨੂੰ, ਕਈ ਬੰਦਾ ਪਾਉਂਦੇ ਹੋਏ ਸਬਜ਼ੀ ਦੇ ਵਿੱਚ ਪਿਆਜ਼ ਨਾਲ ਸਬਜ਼ੀ ਸਿਰ ਕਰਦੇ, ਪਿਆਜ਼ ਮਹਿੰਗਾ ਹੋ ਜਾਂਦਾ। ਜਿਹੜਾ ਤੁਸੀਂ ਰੈਸਟੋਰੈਂਟ ਦੇ ਵਿੱਚ ਖਾਣਾ ਖਾਂਦੇ, ਵੀਡੀਓ ਮੈਂ ਗੱਲ ਕਰੀ ਹੈ, ਜਿਹੜਾ ਰੈਸਟੋਰੈਂਟ ਦੇ ਵਿੱਚ ਖਾਣਾ ਖਾਂਦੇ ਜਾਂ ਆਪਾਂ ਢਾਬਿਆਂ ਵਿੱਚ ਚੱਲਦਾ ਹੁੰਦਾ, ਜਿਹੜਾ ਮੇਨ ਰੈਸਟੋਰੈਂਟ ਉੱਥੇ ਆ ਕੇ ਟਮਾਟੋ ਭੂਰੀ ਵਾਲੇ ਡੱਬੇ ਭਰ ਸਕਦੇ ਹੋ, ਉਹ ਟਮਾਟਰ ਟਮੂਟਰ ਨਹੀਂ ਲੈ ਕੇ ਆਉਂਦੇ ਹੈਗੇ, ਉੱਥੇ ਸਿਰਫ ਸਲਾਦ ਵਾਸਤੇ ਟਮਾਟਰ ਲੈ ਕੇ ਆਉਂਦੇ ਆ। ਜਿਹੜਾ ਉੱਥੇ ਅੰਦਰ ਬਣਦੀਆਂ ਸੌਸਾਂ ਤਿਆਰ ਹੁੰਦੀਆਂ ਉਹਨਾਂ 'ਚ ਇਹੀ ਚੀਜ਼ ਬਣਾਉਂਦੇ, ਕਿ ਮੈਂ ਘੱਟੋ ਘੱਟ ਹੁਣ ਤੱਕ 6-7 ਰੈਸਟੋਰੈਂਟ 'ਤੇ ਕੰਮ ਕਰ ਚੁੱਕਿਆ, ਉੱਥੇ ਇਹੀ ਚੀਜ਼ਾਂ ਚੱਲਦੀਆਂ। ਉਹਦੇ ਨਾਲ ਜਿਹੜਾ ਉਹਨੂੰ ਬੈਲੈਂਸ ਕੱਢਣਾ ਪੈਂਦਾ ਨਾ ਚੀਜ਼ ਦਾ, ਵੀ ਕਿੰਨੇ ਦੀ ਚੀਜ਼ ਆਈ, ਕਿਉਂਕਿ ਜਿਹੜੇ ਆਪਾਂ ਟਮਾਟਰ ਚੀਜ਼ ਕਈ ਵਾਰ ਖੱਟੇ ਹੋਏ ਮਿੱਟ ਪਏ, ਜਿਹੜੀ ਉਹ ਚੀਜ਼ ਆਉਂਦੀ ਇੱਕ ਤਰ੍ਹਾਂ ਦੀ ਹੁੰਦੀ ਹੈ। ਬਾਕੀ ਉਹ ਘੁੰਮਾ ਫਿਰਾਂਗੇ ਥੋੜ੍ਹਾ ਜਿਹਾ, ਰੀਅਲ ਸਟੇਟ ਵਿੱਚ ਬੜਾ ਨੇ, ਬਹੁਤ ਚੀਜ਼ਾਂ ਉੱਥੇ ਸਿੱਖਣ ਨੂੰ ਮਿਲ ਰਹੀਆਂ, ਵੀ ਕਿੱਦਾਂ ਪੈਸੇ ਨਾਲ ਪੈਸਾ ਬਣਦਾ, ਕਿੱਦਾਂ ਕਿਆ ਕੁਛ, ਵੀ ਕਿਆ ਕੁਛ ਉੱਥੇ ਚੱਲ ਰਿਹਾ, ਕਈ ਬੰਦੇ ਕਿੱਦਾਂ ਦਿਮਾਗ ਲਾ ਕੇ ਪੈਸੇ ਬਣਾ ਰਹੇ ਆ। ਇੱਕ ਟੋਪਿਕ ਹੋਰ ਹੈ, ਉਹ ਮੈਂ ਉਹ ਕੱਲ੍ਹ ਵਾਲੀ ਵੀਡੀਓ 'ਚ ਕਰੂੰਗਾ, ਇਸ ਟੋਪਿਕ 'ਤੇ ਮੈਂ ਗੱਲ ਕਰਨਾ ਚਾਹੁੰਦਾ, ਜਿਸ ਉਹ ਟੋਪਿਕ ਉੱਪਰ ਇੱਕ ਲਾਈਵ ਵੀਡੀਓ ਬਣੇ, ਥੋੜ੍ਹਾ ਦੱਸ ਦਿਆਂ। ਜਿਹੜੇ ਬਾਹਰ ਵਾਲੇ ਇੱਕ ਨਾ ਇੱਕ ਦਿਨ ਇੱਥੇ ਆਉਣਾ ਪੈਣਾ, ਕਈ ਬੰਦਿਆਂ ਨੂੰ ਹੁਣ ਉੱਥੇ ਫੈਮਿਲੀ ਨਾਲ ਰਹਿਣਾ ਬੜਾ ਔਖਾ, ਉਹ ਕਹਿੰਦਾ ਮੈਂ ਫੈਮਿਲੀ ਆਪਾਂ ਇੰਡੀਆ ਭੇਜਦੇ, ਮੈਂ ਇੱਧਰ ਕੰਮ ਕਰੀ ਜਾਊਂਗਾ। ਉਹ ਜਿਹੜੀ ਫੈਮਿਲੀ ਮਕਾਨ ਲਿੱਤਾ ਹੋਇਆ ਸਾਨੂੰ ਥੋੜ੍ਹੀ ਗੱਲ, ਵੀ ਉਹਦੇ ਨਾਲ ਤੁਸੀਂ ਘੱਟੋ ਘੱਟ ਵੀ ਤੁਸੀਂ 1,00,000 ਰੁਪਏ ਇੱਥੇ ਪੇ ਕਰ ਦਿੰਦੇ, 1,00,000 ਰੁਪਏ ਤੁਸੀਂ ਤਿੰਨ ਕਿਸੇ 3 ਫਲੈਟ ਲੈ ਸਕਦੇ ਹਾਂ, ਉਹ 3 ਫਲੈਟ ਤੁਸੀਂ ਤੁਹਾਡੇ ਹੋ ਜਾਣੇ। ਰੱਬ ਹਟ ਜਾ ਹੁਣ, ਇਹ ਰੱਖਾਂਗੇ ਹਾਂਜੀ ਕਿਹਦਾ, ਚਲੋ ਮੈਨੂੰ ਇੱਕ ਫੋਨ ਆ ਰਿਹਾ ਅਤੇ ਅੱਜ ਦੀ ਆਪਾਂ ਲਾਈਵ ਵੀਡੀਓ ਬੰਦ ਕਰਦੇ ਹਾਂ। ਕਹਿਣ ਦਾ ਗੱਲ ਇਹ ਵੀ ਜਦੋਂ ਵੀਡੀਓ ਪੂਰੀ ਦੇਖ ਲਿਆ ਉਹਦੇ ਲਾਈਵ ਵੀਡੀਓ ਉਹਦੇ ਵਿੱਚ ਕਿਆ ਗੱਲਾਂ ਬਾਤਾਂ ਹੋਈਆਂ ਕਿਆ ਕੁਛ ਨਹੀਂ ਹੋਈਆਂ, ਉਹ ਮੀਂਹ ਪੈ ਰਿਹਾ ਪੂਰੇ ਜ਼ੋਰਾਂ ਨਾਲ, ਅਤੇ ਆਪਾਂ ਹੁਣ ਲਾਈਵ ਵੀਡੀਓ ਬੰਦ ਕਰਦੇ। ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ।